ਵੱਡੀ ਗਿਣਤੀ ਵਿੱਚ 26 ਦੀ ਟਰੈਕਟਰ ਰੈਲੀ ਨੂੰ ਲੈ ਕੇ ਦਿੱਲੀ ਵੱਲ ਰਵਾਨਾ ਹੋਏ ਕਿਸਾਨ। ਕੇਂਦਰ ਦੀ ਸਰਕਾਰ ਵੱਲੋਂ ਪਾਸ ਕੀਤੇ ਕਾਲੇ ਕਾਨੂੰਨਾਂ ਨੂੰ ਲੈ ਕੇ ਦਿੱਲੀ ਵੱਲ ਕੂਚ ਕਰ ਰਹੇ ਨੇ ਕਿਸਾਨ ਤੇ ਉਹਨਾਂ ਨੇ ਬੋਲਦਿਆਂ ਕਿਹਾ ਕਿ ਅਸੀਂ ਹੁਣ ਇਹ ਬਿੱਲ ਵਾਪਸ ਕਰਵਾ ਕੇ ਆਵਾਂਗੇ। ਵੱਡੀ ਗਿਣਤੀ ਵਿੱਚ ਟਰੈਕਟਰ ਪਿੰਡਾਂ ਦੇ ਵਿੱਚੋਂ ਔਰ ਸ਼ਹਿਰਾਂ ਦੇ ਵਿੱਚੋਂ ਟਰੈਕਟਰ ਦਿੱਲੀ ਵੱਲ ਰਵਾਨਾ ਹੋ ਰਹੇ ਨੇ ਔਰ ਬਕਾਇਦਾ ਤੌਰ 'ਤੇ ਟਰੈਕਟਰਾਂ ਦੇ ਉੱਤੇ ਕਿਸਾਨਾਂ ਦੇ ਝੰਡੇ ਦੇ ਨਾਲ ਹੀ ਇੱਕ ਤਿਰੰਗਾ ਝੰਡਾ ਲਗਾਇਆ ਗਿਆ। ਉਹਨਾਂ ਨੇ ਕਿਹਾ ਕਿ ਇਹ ਸਾਡੇ ਦੇਸ਼ ਦੀ ਸ਼ਾਨ ਹੈ ਅਤੇ ਅਸੀਂ ਇਸ ਨੂੰ ਆਪਣੇ ਟਰੈਕਟਰ 'ਤੇ ਲਗਾ ਕੇ ਹੀ ਦਿੱਲੀ ਦੇ ਵਿੱਚ 26 ਜਨਵਰੀ ਨੂੰ ਪਰੇਡ ਕਰਾਂਗੇ। ਇਹ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਬਠਿੰਡਾ ਦੇ ਜੀਦਾ ਟੋਲ ਪਲਾਜ਼ੇ ਦੀਆਂ, ਜਿੱਥੇ ਫਰੀਦਕੋਟ ਏਰੀਏ ਤੋਂ ਇੱਥੇ ਟਰੈਕਟਰ ਆਏ ਹੋਏ ਨੇ ਅਤੇ ਇੱਥੋਂ ਟੋਲ ਪਲਾਜ਼ੇ ਤੋਂ ਰਵਾਨਾ ਹੋ ਰਹੇ ਨੇ। ਇਹ ਤਸਵੀਰਾਂ ਜਿੱਦਾਂ ਟੋਲ ਪਲਾਜ਼ੇ ਦੀਆਂ, ਜਿੱਥੋਂ ਇਹ ਟਰੈਕਟਰ ਦੁਬਾਰਾ ਤੋਂ ਰਵਾਨਾ ਹੋ ਰਹੇ ਨੇ। ਬਾਈ ਜੀ ਤੁਹਾਡਾ ਕੀ ਕਹਿਣਾ ਜੀ? ਹਾਂਜੀ ਦਿੱਲੀ ਚੱਲੋ ਸਾਰੇ ਜੀ। ਬਾਈ ਜੀ ਤੁਸੀਂ ਇੱਕ ਹੈਂਡੀਕੈਪਟ ਹੋਣ ਦੇ ਨਾਤੇ ਵੀ ਤੁਸੀਂ ਇੱਕ ਆਪਦਾ ਜ਼ਿੰਮੇਵਾਰੀ ਨਿਭਾ ਰਹੇ ਹੈ, ਇਹਦੇ ਬਾਰੇ ਤੁਹਾਡਾ ਕੀ ਕਹਿਣਾ ਜੀ? ਅਸੀਂ ਹੁਣ ਤੀਜੀ ਵਾਰ ਚੱਲੇ ਆਈ ਮੈਂ ਵੀਰ ਜੀ, ਤੀਜੀ ਵਾਰ ਚੱਲੇ ਆਈ ਐਕਟਵਾ ਦੀ ਜਾ ਰਹੇ ਹਾਂ, ਤਿੰਨ ਵਾਰ ਚੱਲੇ ਤੀਜੀ ਵਾਰੀ ਸਾਡੇ ਭਰਾ ਨਾ ਹੋ। ਬਾਈ ਜੀ ਦੇ ਇਹਨਾਂ ਦਾ ਇੱਕ ਤਿਰੰਗਾ ਝੰਡਾ ਵੀ ਲੱਗਿਆ ਹੋਇਆ ਜੀ, ਯੂਨੀਅਨ ਦਾ ਝੰਡਾ ਵੀ ਲੱਗਿਆ ਹੋਇਆ ਇਹਨਾਂ ਦੇ, ਸਾਰੇ ਝੰਡੇ ਲਾ ਕੇ ਬਾਈ ਜੀ ਐਕਟਵਾ 'ਤੇ ਜਾ ਰਹੇ ਹੈ ਜੀ। ਸਰ ਕਿੱਥੇ ਜਾ ਰਹੇ ਹੈ ਜੀ? ਅਸੀਂ ਜਾ ਰਹੇ ਹਾਂ ਦਿੱਲੀ, 26 ਜਨਵਰੀ ਨੂੰ ਅਸੀਂ ਜਿਹੜੀ ਪਰੇਡ ਹੋਣੀ ਆ ਉਹਦੇ 'ਚ ਸ਼ਾਮਿਲ ਹੋਣ ਲਈ ਸਾਰੇ ਸਾਡੇ ਵੀਰਾਂ ਨੂੰ ਨਾਲ ਲੈ ਕੇ ਅਸੀਂ ਦਿੱਲੀ ਪਹੁੰਚ ਰਹੇ ਹਾਂ। ਪਿੰਡ ਬਰਗਾੜੀ ਤੋਂ ਸਿੱਧੂ ਸਾਹਿਬ ਸੰਗਤ ਸਾਡੀ ਸਾਰੀ ਬਰਗਾੜੀ ਤੋਂ ਜਾ ਰਹੀ ਹੈ ਜੀ, ਹੁਣ ਘੁੰਮਾ ਕੇ ਪਹੁੰਚ ਰਹੇ। ਸਰ ਕਿੰਨਾ ਟਰੈਕਟਰ ਜਾ ਰਿਹਾ ਜੀ? ਅੱਜ ਸਾਡੇ ਨੇੜਲੇ ਪਿੰਡਾਂ ਦਾ ਪੂਰਾ ਇਕੱਠ ਸੀਗਾ, 80 ਟਰੈਕਟਰਾਂ ਅਸੀਂ ਲੈ ਕੇ ਜਾ ਰਹੇ ਹਾਂ ਪੂਰੇ 80 ਟਰੈਕਟਰਾਂ ਨਾਲ ਨਾਲ ਦੇ ਨਾਲ ਦੇ ਪਿੰਡਾਂ ਦੇ ਨਾਲ ਅਸੀਂ ਇੱਕ ਵਰਕਸ਼ਾਪ ਵੈਨ ਲੈ ਕੇ ਚੱਲੇ ਹਾਂ ਵੀ ਕਿਸੇ ਨੂੰ ਰਸਤੇ 'ਚ ਸਮੱਸਿਆ ਨਾ ਆਵੇ, ਇਸ ਕਰਮਾ ਟਰੈਕਟਰ ਬਰਗਾੜੀ। ਸਰ ਸਾਡੇ ਤਿਰੰਗੇ ਝੰਡੇ ਵੀ ਨਾਲ ਲਾਏ ਗਏ ਆ, ਜਥੇਬੰਦੀ ਦਾ ਹੁਕਮ ਹੈ ਜੀ? ਨਹੀਂ ਜੀ, ਇਹ ਸਾਨੂੰ ਕੋਈ ਜਥੇਬੰਦੀ ਦਾ ਹੁਕਮ ਨਹੀਂ। ਤਿਰੰਗਾ ਸਾਡਾ ਪਹਿਚਾਣ ਆ, ਤਿਰੰਗਾ ਵੀ ਤਿਰੰਗਾ ਸਾਡਾ ਦੇਸ਼ ਦਾ ਚਿੰਨ੍ਹ ਹੈ। ਤਿਰੰਗੇ ਦੇ ਨਾਲ ਹੀ ਸਰ ਆਪਣਾ ਹਿੰਦੁਸਤਾਨ ਦਾ ਜਿਹੜਾ ਇਹ ਇੱਕ ਰਾਸ਼ਟਰੀ ਝੰਡਾ ਆਪਣਾ, ਅਤੇ ਸਾਨੂੰ ਇਹਦਾ ਸਨਮਾਨ ਕਰਨਾ ਚਾਹੀਦਾ। ਅਸੀਂ ਇਸੇ ਲਈ ਨਾਲ ਲਾ ਕੇ ਜਾ ਰਹੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਕਿਸਾਨੀ ਮੁੱਦਾ ਪਿਛਲੇ 5-6 ਮਹੀਨਿਆਂ ਤੋਂ ਦਿੱਲੀ ਦੇ ਵਿੱਚ ਚੱਲ ਰਿਹਾ ਹੈ, ਉਹਦੇ ਵਿੱਚ ਉਹਦਾ ਜਿਹੜਾ ਅਗਲਾ ਪੜਾ ਹੈ 26 ਤਰੀਕ ਨੂੰ ਟਰੈਕਟਰ ਅਪਰੇਟ ਦਾ ਹੈ, ਉਹਦੇ ਵਿੱਚ ਹਿੱਸਾ ਲੈਣ ਲਈ ਤਮਾਮ ਸਮੁੱਚਾ ਫਰੀਦਕੋਟ ਜ਼ਿਲ੍ਹਾ, ਬਗਰਾੜੀ ਪਿੰਡ, ਬੁਰਜ ਪਿੰਡ, ਹੋਰ ਤਮਾਮ ਸਾਰੇ ਪਿੰਡਾਂ ਤੋਂ ਕਿਸਾਨ ਹੈ ਜਿਹੜੇ ਹੁੰਮ ਹੁਮਾ ਕੇ ਉੱਥੇ ਪਹੁੰਚ ਰਹੇ ਹੈ। ਔਰ ਸਾਡੀ ਮੋਦੀ ਸਰਕਾਰ ਨੂੰ ਵਾਰ ਵਾਰ ਇਹੀ ਅਪੀਲ ਹੈ ਕਿ ਜਿਹੜੇ 3 ਕਾਲੇ ਕਾਨੂੰਨ ਹੈ ਇਹਨੂੰ ਰੱਦ ਕਰੋ, ਰੱਦ ਕਰਨ ਤੋਂ ਘੱਟ ਸਾਨੂੰ ਕੁਛ ਵੀ ਮਨਜ਼ੂਰ ਨਹੀਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਠਿੰਡਾ ਸਰਗਰਮੀ ਦੇਖਣ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਬੈਲ ਆਈਕਨ ਦਾ ਬਟਨ ਦਬਾਓ ਅਤੇ ਲਾਈਕ ਕਰੋ।